ਇੱਕ ਬੇਨਤੀ ਕਰਾਂ ਹੱਥ ਜੋੜ ਕੇ ਆਪ ਜੀ ਦੇ ਦਰ ਕਰਦਾ ਕੁੱਕਰ ਬਣ ਕੇ ਬੇਨਤੀ ਕਰਨ ਲੱਗਾ ਸਿੱਖਾਂ ਨੇ ਬੜੇ ਲੰਗਰ ਲਾਉਣੇ ਨੇ ਮੁਬਾਰਕ ਹੈ ਲੰਗਰ ਲਾਓ ਪਰ ਗਿਆਨ ਦਾ ਲੰਗਰ ਨਾਲ ਵੰਡੋ ਕੇਵਲ ਇਸ ਸਰੀਰ ਦਾ ਆਹਰ ਨਹੀਂ ਇਸ ਆਤਮਾ ਦਾ ਆਹਰ ਵੀ ਨਾਲ ਵੰਡੋ ਅ ਜਦੋਂ ਵੇਖਦੇ ਆ ਭਾਵੇਂ ਬੜੀਆਂ ਸਟੇਜਾਂ ਤੋਂ ਇਸ ਗੱਲ ਦਾ ਪ੍ਰਚਾਰ ਹੁੰਦਾ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਤੇ ਬੜੇ ਛੱਤੀ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਨੇ ਬੜੇ ਪਕੌੜੇ ਤੇ ਜਲੇਬੀਆਂ ਤੇ ਗੁਲਾਬ ਜਾਮਨ ਵੰਡਣ ਵਾਲਿਓ ਕੌਮ ਦੇ ਪੈਸੇ ਨੂੰ ਬਰਬਾਦ ਨਾ ਕਰੋ ਮਾਫ ਕਰਨਾ ਇੱਕ ਕੌੜਾ ਸੱਚ ਕਹਿ ਦਿਆਂ ਸਾਡੇ ਪਰਿਵਾਰ ਦੇ ਵਿੱਚ ਜੇ ਕੋ ਭਾਣਾ ਵਰਤ ਜਾਏ ਕੋਈ ਨੌਜਵਾਨ ਬੱਚਾ ਚੜ੍ਹਾਈ ਕਰ ਦਿਆ ਕੀ ਅਸੀਂ ਆਪਣੇ ਘਰ ਦੇ ਵਿੱਚ ਜਲੇਬੀਆਂ ਤੇ ਗੁਲਾਬ ਜਾਮਨ ਵਰਤਾਉਂਦੇ ਆ ਕਲਗੀਧਰ ਪਾਤਸ਼ਾਹ ਦੇ ਚਾਰ ਸਹਿਬ ਜਾਦੇ ਖਾਲਸੇ ਨੂੰ ਸਿਰਜਣਾ ਕਰਨ ਸਮੇਂ ਸਤਿਗੁਰਾਂ ਨੇ ਬਚਨ ਕੀਤਾ ਸੀ ਹਾਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ ਤੇ ਉਸ ਬਚਨ ਨੂੰ ਪੂਰਾ ਕਰਨ ਦੇ ਲਈ ਸਤਿਗੁਰਾਂ ਨੇ ਆਪਣੇ ਚਾਰੇ ਲਖਤੇ ਜ਼ਿਗਰ ਕੌਮ ਤੋਂ ਕੁਰਬਾਨ ਕੀਤੇ ਉਹ ਗੁਰੂ ਸਵਾਰੇ ਹੋ ਲੰਗਰ ਲਾਉਣਾ ਜੇ ਨਿਤਨੇਮ ਦਾ ਲਾਉ ਲੰਗਰ ਲਾਉਣਾ ਜੇ ਗੁਰਮਤ ਦੇ ਕੰਪੀਟੀਸ਼ਨ ਦਾ ਲਾਉ ਲੰਗਰ ਲਾਉਣਾ ਜੇ ਸੱਚ ਦੇ ਵਪਾਰ ਦਾ ਲਾਉ ਮੈਂ ਦਾਅਵੇ ਨਾਲ ਇੱਕ ਗੱਲ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਸਦਕਾ ਜੇ ਕਿਤੇ 2 ਸਾਲ ਸਿੱਖ ਕੌਮ ਸਾਰੇ ਸੰਸਾਰ ਦੇ ਵਿੱਚ ਆ ਲੰਗਰ ਦੇ ਨਾਂ ਤੇ ਅਡੰਬਰ ਕਰਨੇ ਛੱਡ ਦੇਵੇ ਨਾ ਮੈਂ ਫਿਰ ਕਹਦੇ ਆ ਲੰਗਰ ਲਾਜ਼ਮੀ ਹੈ ਗੁਰੂ ਨਾਨਕ ਦੀ ਚਲਾਈ ਹੋਈ ਰੀਤ ਹੈ ਲੇਕਿਨ ਲੰਗਰ ਕੇਵਲ ਦਾਲ ਪ੍ਰਸ਼ਾਦ ਦੇ ਦਾ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ 36 ਪ੍ਰਕਾਰ ਦੇ ਭੋਜਨ ਹੋਣ ਤੁਸੀਂ 2 ਸਾਲ ਲੰਗਰ ਦੇ ਨਾਂ ਤੇ ਆਪਣੇ ਦਸਵੰਦ ਦਾ ਮਿਸਯੂਜ਼ ਕਰਨਾ ਛੱਡਦੇ ਹੋ ਮੈਂ ਦਾਅਵੇ ਨਾਲ ਕਹਿੰਦਾ ਸਿੱਖ ਕੌਮ 2 ਸਾਲਾਂ ਬਾਅਦ ਸੰਸਾਰ ਨੂੰ ਇੱਕ ਯੂਨੀਵਰਸਿਟੀ ਦੇ ਸਕਦੀ ਹੈ ਹਰ ਇੱਕ ਸਾਲ ਬਾਅਦ ਇੱਕ ਵੱਡੇ ਲੈਵਲ ਦਾ ਹਸਪੀਟਲ ਦੇ ਸਕਦੀ ਹੈ ਕੋਈ ਇੰਡਸਟਰੀ ਲਗਾ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਕਾਰੋਬਾਰ ਦੇ ਸਕਦੀ ਹੈ ਹੱਥ ਜੋੜ ਬੇਨਤੀ ਕਰਨ ਲੱਗਾ ਫਿਰ ਫਤਿਹ ਬੁਲਾਉਣ ਦਾ ਸਮਾਂ ਹੋ ਗਿਆ ਹੈ ਸਾਧ ਸੰਗਤ ਜੀ ਜੇ ਲੰਗਰ ਲਾਉਣਾ ਜੇ ਦਵਾਈ ਦਾ ਲਾਓ ਲੰਗਰ ਲਾਉਣਾ ਜੇ ਪੜ੍ਹਾਈ ਦਾ ਲਾਓ ਲੰਗਰ ਲਾਉਣਾ ਜੇ ਕਮਾਈ ਦਾ ਲਾਓ ਅੱਜ ਬੱਚਿਆਂ ਨੂੰ ਲੋੜ ਹੈ ਉੱਚੀ ਵਿਦਿਆ ਦੀ ਅੱਜ ਲੋੜਵੰਦ ਗਰੀਬ ਸਿੱਖਾਂ ਨੂੰ ਲੋੜ ਹੈ ਦਵਾਈ ਦੀ ਇਲਾਜ ਦੀ ਅੱਜ ਲੋੜ ਹੈ ਬੱਚਿਆਂ ਨੂੰ ਕਾਰੋਬਾਰ ਦੀ ਦਵਾਈ ਪੜ੍ਹਾਈ ਤੇ ਕਮਾਈ ਵੱਲ ਧਿਆਨ ਦਿਓ ਭਾਈ ਗੁਰੂ ਨਾਨਕ ਦੇਵ ਜੀ ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾਉਣੇ ਸਫਲ ਹੋ ਜਾਣਗੇ ਸੋ